ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਥੋੜ੍ਹੇ ਜਿਹੇ ਲਾਈਵ 'ਚ ਵਿਊਵਰ ਜੁੜ ਜਾਣ ਤਾਂ ਆਪਾਂ ਸ਼ੁਰੂ ਕਰਦੇ ਹਾਂ। ਸੋ ਇੱਕ ਵਾਰ ਫਿਰ ਤੋਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੋ ਵੀ ਇੰਸਟਾਗ੍ਰਾਮ 'ਤੇ ਓਮ ਗਲੋਬਲ ਦੇ ਇੰਸਟਾਗ੍ਰਾਮ 'ਤੇ ਜੁੜੇ ਹੋਏ ਨੇ ਵਿਊਵਰਸ। ਸੋ ਅੱਜ ਬੜੇ ਟਾਈਮ ਬਾਅਦ ਲਾਈਵ ਹੋਏ ਹਾਂ। ਲਾਈਵ ਹੋਣ ਦਾ ਕਾਰਨ, ਸਭ ਤੋਂ ਵੱਡਾ ਕਾਰਨ ਹੈ ਜੋ ਕਿ ਕੈਨੇਡਾ ਸਟੂਡੈਂਟ ਨੂੰ ਲੈ ਕੇ ਬਹੁਤ ਸਾਰੇ ਅਪਡੇਟਸ ਆ ਰਹੇ ਹਨ ਡੇਲੀ। ਕੋਈ ਏਜੰਟ ਕਿੱਦਾਂ ਕਹਿ ਰਿਹਾ, ਕੋਈ ਏਜੰਟ ਕਿੱਦਾਂ ਕਹਿ ਰਿਹਾ ਵੀ ਅਟੈਸਟੇਸ਼ਨ ਲੈਟਰ ਆ ਰਹੀ ਹੈ ਜਾਂ ਨਹੀਂ ਆ ਰਹੀ, ਵੀਜ਼ੇ ਬੰਦ ਹੋ ਗਏ ਆ। ਸੋ ਉਹਨਾਂ ਡਾਊਟਸ ਨੂੰ ਅੱਜ ਮੈਂ ਥੋੜ੍ਹਾ ਜਿਹਾ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗਾ। ਜਿਹੜੇ ਵੀ ਸਟੂਡੈਂਟ ਇਸ ਡਰ ਨਾਲ ਬੈਠੇ ਹੋਏ ਨੇ ਵੀ ਵੀਜ਼ੇ ਸ਼ਾਇਦ ਲੱਗਣੇ ਨਹੀਂ ਜਾਂ ਅਟੈਸਟੇਸ਼ਨ ਲੈਟਰ ਨਹੀਂ ਆਉਣੀ ਗੀ। ਸੋ ਇੱਕ ਲਾਈਵ 'ਚ ਮੈਂ ਪਿਛਲੇ 'ਚ ਅਟੈਸਟੇਸ਼ਨ ਲੈਟਰ ਦਾ ਜ਼ਿਕਰ ਕੀਤਾ ਸੀਗਾ, ਜਿਹਦੇ ਵਿੱਚ ਕਿਊਬਿਕ ਯਾਨੀ ਕਿ CAQ ਇੱਕ ਅਟੈਸਟੇਸ਼ਨ ਲੈਟਰ ਦੇ ਰੂਪ ਵਿੱਚ ਬਦਲਿਆ ਗਿਆ ਸੀ ਕਿਊਬਿਕ ਗੌਰਮੈਂਟ ਵੱਲੋਂ। ਉਸੇ ਸਟੂਡੈਂਟ ਦਾ ਆਪਾਂ CAQ ਯਾਨੀ ਕਿ ਤੁਹਾਨੂੰ ਅਟੈਸਟੇਸ਼ਨ ਲੈਟਰ ਦਿਖਾਇਆ ਸੀਗਾ, ਇਹ ਉਹ ਅਟੈਸਟੇਸ਼ਨ ਲੈਟਰ ਹੈ, ਠੀਕ ਹੈ। ਸੋ ਅੱਜ ਸੋਮਵਾਰ ਯਾਨੀ ਕਿ 1 ਅਪ੍ਰੈਲ ਜਦੋਂ ਸਵੇਰ ਚੜ੍ਹਦੀ ਹੈ ਇੰਡੀਆ ਵਿੱਚ, ਤੋ ਉਸ ਤੋਂ ਬਾਅਦ ਆਫਿਸ ਖੁੱਲ੍ਹਦੇ ਆ ਅਤੇ ਆ ਕੇ ਦੇਖਿਆ ਜਾਂਦਾ ਹੈ ਵੀ GCQ ਚੈੱਕ ਕੀਤੀ ਜਾਂਦੀ ਹੈ। ਅਤੇ ਉਸੇ CAQ ਨੂੰ ਜਦੋਂ ਆਪਾਂ ਅਟੈਸਟੇਸ਼ਨ ਲੈਟਰ ਨਾਲ ਲੌਜ ਕੀਤੀ ਫਾਈਲ, 18 ਮਾਰਚ ਨੂੰ ਇਹ ਫਾਈਲ ਲੌਜ ਹੋਈ ਸੀਗੀ, 18 ਮਾਰਚ 2024 ਯਾਨੀ ਕਿ ਅੱਜ ਤੋਂ ਲਗਭਗ 12 ਦਿਨ ਪਹਿਲਾਂ ਇਹ ਫਾਈਲ ਲੌਜ ਹੋਈ ਸੀਗੀ। ਸੋ ਅੱਜ 1 ਅਪ੍ਰੈਲ ਹੈ ਅਤੇ 29 ਮਾਰਚ ਨੂੰ PPR ਦੀ ਰਿਕੁਐਸਟ ਆ ਚੁੱਕੀ ਹੈ। PPR ਦੀ ਰਿਕੁਐਸਟ 29 ਮਾਰਚ ਨੂੰ ਆ ਚੁੱਕੀ ਹੈ ਯਾਨੀ ਕਿ 18 ਮਾਰਚ ਤੋਂ ਬਾਅਦ 22 ਜਾਂ 23 ਮਾਰਚ ਨੂੰ ਬੱਚੇ ਦੇ ਬਾਇਓਮੈਟ੍ਰਿਕਸ ਹੋਏ ਸੀ, ਯਾਨੀ ਕਿ ਵਿਦਇਨ 4 ਜਾਂ 5 ਡੇਜ਼ 'ਚ ਬੱਚੇ ਦਾ ਵੀਜ਼ਾ ਗ੍ਰਾਂਟ ਹੋ ਗਿਆ, ਯਾਨੀ ਕਿ PPR ਰਿਕੁਐਸਟ ਆ ਚੁੱਕੀ ਹੈ। ਸੋ ਉਹਨਾਂ ਸਟੂਡੈਂਟ ਲਈ ਇਹ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਜੋ ਕੈਨੇਡਾ ਵਿੱਚ ਜਾਣਾ ਚਾਹੁੰਦੇ ਨੇ, ਪਰ ਬਹੁਤ ਸਾਰੇ ਏਜੰਟਾਂ ਦੀਆਂ ਅਫਵਾਹਾਂ ਤੋਂ ਇਹ ਸੋਚ ਰਹੇ ਹਨ ਵੀ ਅਟੈਸਟੇਸ਼ਨ ਲੈਟਰ ਆਊਗੀ ਜਾਂ ਨਹੀਂ ਆਊਗੀ। ਸੋ ਅਟੈਸਟੇਸ਼ਨ ਲੈਟਰ ਤਾਂ ਛੱਡੋ, ਤੁਸੀਂ ਹੁਣ ਵੀਜ਼ਾ ਵੀ ਸ਼ੁਰੂ ਹੋ ਗਿਆ ਹੈ। ਸੋ ਓਮ ਗਲੋਬਲ ਨੇ ਸ਼ਾਇਦ ਪਹਿਲਾਂ ਅਟੈਸਟੇਸ਼ਨ ਲੈਟਰ ਵੀ ਦਿਖਾਇਆ ਸੀ ਤੁਹਾਨੂੰ, ਅਤੇ ਅੱਜ ਓਮ ਗਲੋਬਲ ਨੇ ਹੀ ਪੂਰੇ ਪੰਜਾਬ ਹਰਿਆਣੇ 'ਚ ਤੁਹਾਨੂੰ ਵੀਜ਼ੇ ਦੇ ਨਾਲ ਵੀ ਰੂਬਰੂ ਕਰਾ ਦਿੱਤਾ ਹੈ। ਸੋ ਪਹਿਲਾਂ ਤਾਂ ਇਸ ਸਟੂਡੈਂਟ ਨੂੰ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਦਾ ਵੀਜ਼ਾ ਆਇਆ ਸਾਡੇ ਥਰੂ, ਇਹਨਾਂ ਨੇ ਟਰੱਸਟ ਕੀਤਾ। ਦੂਜੀ ਚੀਜ਼ ਵੀ ਅਟੈਸਟੇਸ਼ਨ ਦੇ ਨਾਲ GIC ਨਾਲ ਇਹਨਾਂ ਦਾ ਵੀਜ਼ਾ ਅਪਲਾਈ ਹੋਇਆ ਸੀ, ਪਲੱਸ ਅਟੈਸਟੇਸ਼ਨ ਲੈਟਰ ਵੀ ਆਈ। ਅਤੇ ਬੱਚੇ ਦੀ ਪ੍ਰੋਫਾਈਲ ਦੇਖੀ ਜਾਵੇ, 6 ਓਵਰਆਲ ਬੈਂਡ ਨੇ, ਬੈਚਲਰ ਕੀਤੀ ਹੋਈ ਹੈ BCOM 2018 ਵਿੱਚ, ਉਸ ਤੋਂ ਬਾਅਦ ਉਹਨਾਂ ਦਾ ਵਰਕ ਐਕਸਪੀਰੀਅੰਸ ਸੀ। ਇਹ ਸਿੰਗਲ ਜਾ ਰਹੇ ਨੇ ਸੋ ਮਈ ਇਨਟੇਕ ਦਾ ਇਹ ਵੀਜ਼ਾ ਹੈ, 13 ਮਈ ਤੋਂ ਇਹਨਾਂ ਦੀਆਂ ਕਲਾਸਾਂ ਹੈ। ਸੋ ਉਹਨਾਂ ਸਟੂਡੈਂਟ ਲਈ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਜੋ ਇਸ ਸੋਚ ਵਿੱਚ ਬੈਠੇ ਸਨ ਸ਼ਾਇਦ ਅਟੈਸਟੇਸ਼ਨ ਲੈਟਰਾਂ ਆਉਣਗੀਆਂ ਜਾਂ ਨਹੀਂ ਆਉਣਗੀਆਂ। ਸੋ ਕੁਛ ਕਲੈਰਿਟੀ ਮੈਂ ਤੁਹਾਨੂੰ ਦੇ ਦੇਵਾਂ, ਪਹਿਲਾਂ ਤਾਂ ਵੀ ਅਟੈਸਟੇਸ਼ਨ ਲੈਟਰ ਕਿਹੜੇ ਕਿਹੜੇ ਪ੍ਰੋਵਿੰਸ ਨੇ ਇਸ਼ੂ ਕਰ ਦਿੱਤੀ ਹੈ। ਸੋ 31 ਮਾਰਚ ਤੱਕ ਦਾ ਟਾਈਮ ਸੀ, ਆਪਾਂ 1 ਅਪ੍ਰੈਲ ਤੱਕ ਬੈਠੇ ਹਾਂ, 1 ਅਪ੍ਰੈਲ ਨੂੰ ਬੈਠੇ ਹਾਂ। ਸੋ
ਸਾਰੀਆਂ ਹੀ ਪ੍ਰੋਵਿੰਸਿਸ ਨੇ ਅਟੈਸਟੇਸ਼ਨ ਲੈਟਰ ਸ਼ੁਰੂ ਕਰ ਦਿੱਤੀਆਂ ਹੈ, ਬਟ ਅਜੇ ਤੱਕ ਕੁਛ ਪ੍ਰੋਵਿੰਸਿਸ ਵੱਲੋਂ ਅਟੈਸਟੇਸ਼ਨ ਲੈਟਰ ਇਸ਼ੂ ਕਰਨੀਆਂ ਨਹੀਂ ਸ਼ੁਰੂ ਕੀਤੀਆਂ, ਬਟ ਉਹਨਾਂ ਵੱਲੋਂ ਗਾਈਡੈਂਸ ਆ ਗਈ ਹੈ, ਗਾਈਡਲਾਈਨਸ ਆ ਗਈ ਹੈ ਵੀ ਇਹਨਾਂ ਨੂੰ ਦਿੱਤੀ ਜਾਏਗੀ, ਇਹਨਾਂ ਨੂੰ ਨਹੀਂ ਦਿੱਤੀ ਜਾਏਗੀ। ਸੋ BC ਅਤੇ ਕਿਊਬਿਕ ਪਹਿਲਾਂ ਹੀ ਸ਼ੁਰੂ ਕਰ ਚੁੱਕੇ ਸੀ, ਉਸ ਤੋਂ ਬਾਅਦ ਮੈਨੀਟੋਬਾ ਅਤੇ ਅਲਬਰਟਾ ਨੇ ਵੀ ਸ਼ੁਰੂ ਕਰ ਦਿੱਤੀ, ਅਤੇ ਨੋਵਾ ਸਕੋਚੀਆ ਉਹਨਾਂ ਨੇ ਵੀ ਸ਼ੁਰੂ ਕਰ ਦਿੱਤੀ ਹੈ, ਉਸ ਤੋਂ ਬਾਅਦ ਓਨਟੋਰੀਓ ਨੇ ਵੀ ਸ਼ੁਰੂ ਕਰ ਦਿੱਤੀ ਹੈ। ਬਹੁਤ ਸਾਰੇ ਇੱਦਾਂ ਦੇ ਕਾਲਜਸ ਬੰਦ ਹੋਣ ਦੀ ਕਗਾਰ ਦੇ ਵਿੱਚ ਆ ਗਏ, ਜਿਨ੍ਹਾਂ ਦਾ ਜੋ ਕਿ ਪਹਿਲਾਂ PPP ਦੇ ਨਾਮ ਨਾਲ ਜਾਣੇ ਜਾਂਦੇ ਸੀ, ਯਾਨੀ ਕਿ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਪ੍ਰੋਗਰਾਮ ਦੇ ਤਹਿਤ ਉਹਨਾਂ ਦਾ ਐਗਰੀਮੈਂਟ ਸੀ ਕਈ ਪਬਲਿਕ ਕਾਲਜਾਂ ਨਾਲ। ਸੋ ਉਹਨਾਂ ਦਾ ਓਨਟੋਰੀਓ ਗੌਰਮੈਂਟ ਦਾ ਮੇਜਰ ਰੋਲ ਸੀਗਾ, 78 ਜਾਂ 80% ਕਾਲਜਸ ਓਨਟੋਰੀਓ ਦੇ ਸੀ ਜਿਨ੍ਹਾਂ ਵਿੱਚ PPP ਪ੍ਰੋਗਰਾਮ ਚੱਲਦਾ ਸੀ। ਸੋ ਓਨਟੋਰੀਓ ਦੇ ਕਾਲਜਸ ਵਿੱਚ ਜਿਨ੍ਹਾਂ ਨੇ ਪੜ੍ਹਾਈ ਕਰਨੀ ਸੀਗੀ, ਪਹਿਲਾਂ ਤਾਂ 1 ਸਤੰਬਰ ਤੱਕ ਦਾ ਟਾਈਮ ਦਿੱਤਾ ਗਿਆ ਸੀ। ਸੋ ਉਹ ਟਾਈਮ ਨੂੰ ਘਟਾ ਕੇ ਇਮੀਗ੍ਰੇਸ਼ਨ ਮਿਨਿਸਟਰ ਨੇ 15 ਮਈ ਕਰ ਦਿੱਤਾ ਹੈ। ਸੋ ਬਹੁਤ ਸਾਰੇ ਇੱਦਾਂ ਦੇ ਸਟੂਡੈਂਟ ਨੇ ਜਿਨ੍ਹਾਂ ਦੀਆਂ ਫੀਸਾਂ ਉਹਨਾਂ ਕਾਲਜਾਂ ਵਿੱਚ ਅਜੇ ਵੀ ਗਈਆਂ ਹੋਈਆਂ ਨੇ, ਮਈ ਲਈ ਫੀਸਾਂ ਭਰੀਆਂ ਸੀ ਜਾਂ ਸਤੰਬਰ ਲਈ ਫੀਸਾਂ ਭਰੀਆਂ ਸੀ, ਉਹਨਾਂ ਦਾ ਫਿਊਚਰ ਥੋੜ੍ਹਾ ਜਿਹਾ ਹੁਣ ਖਤਰੇ 'ਚ ਹੈ। ਸੋ ਘਬਰਾਉਣ ਦੀ ਲੋੜ ਨਹੀਂ ਉਹਨਾਂ ਸਟੂਡੈਂਟ ਨੂੰ ਵੀ, ਉਹ ਵੀ ਓਮ ਗਲੋਬਲ ਕੋਲ ਇੱਕ ਵਾਰ ਆਓ ਅਤੇ ਉਹਨਾਂ ਦਾ ਸਲੂਸ਼ਨ ਓਮ ਗਲੋਬਲ ਜ਼ਰੂਰ ਤੁਹਾਨੂੰ ਕਰਕੇ ਦੇਵੇਗਾ। ਸੋ ਜਿਵੇਂ ਕਿ ਆਪਾਂ ਗੱਲ ਕਰਦੇ ਸੀ ਅਟੈਸਟੇਸ਼ਨ ਲੈਟਰ, ਅਟੈਸਟੇਸ਼ਨ ਲੈਟਰ ਬਹੁਤ ਸਾਰੇ ਏਜੰਟਾਂ ਨੇ ਇੱਦਾਂ ਕਹਿਣਾ ਸ਼ੁਰੂ ਕਰ ਦਿੱਤਾ ਵੀ ਕੈਨੇਡਾ ਬੰਦ ਹੋ ਗਿਆ ਹੈ, ਕੈਨੇਡਾ ਵਰਕ ਪਰਮਿਟ ਨਹੀਂ ਦਊਗਾ। ਸੋ ਪਹਿਲਾਂ ਤਾਂ CIC ਦੀ ਵੈਬਸਾਈਟ 'ਤੇ ਜਾ ਕੇ, ਇੰਨੇ ਕੁ ਤੁਸੀਂ ਸਿਆਣੇ ਹੋ ਚੁੱਕੇ ਹੋ, IELTS ਵਿੱਚੋਂ 6-6.5 ਬੈਂਡ ਹਰ ਇੱਕ ਸਟੂਡੈਂਟ ਦੇ ਹੁੰਦੇ ਨੇ ਜਿਨ੍ਹਾਂ ਨੇ ਕੈਨੇਡਾ ਜਾਣਾ ਹੈ। ਸੋ CIC ਦੀ ਵੈਬਸਾਈਟ 'ਤੇ ਜਾ ਕੇ ਤੁਸੀਂ ਉੱਥੋਂ ਦੀਆਂ ਖਬਰਾਂ ਇੱਕ ਧਿਆਨ ਨਾਲ ਪੜ੍ਹੋ, ਕਿਉਂਕਿ ਕੈਨੇਡਾ ਨੇ ਕੋਈ ਵੀ ਸਟੂਡੈਂਟ ਵੀਜ਼ਾ ਬੰਦ ਨਹੀਂ ਕੀਤਾ, ਕੋਈ ਵੀ ਵਰਕ ਪਰਮਿਟ ਬੰਦ ਨਹੀਂ ਕੀਤਾ। ਮੈਨੂੰ ਬਹੁਤ ਸਾਰੇ ਸਟੂਡੈਂਟ ਨੇ ਜਾਂ ਉਹਨਾਂ ਦੇ ਪੇਰੈਂਟਸ ਨੇ ਇੱਦਾਂ ਦੇ ਕਾਲਸ ਕੀਤੇ ਜਿਹਦੇ ਵਿੱਚ ਇਹ ਪੁੱਛਿਆ ਗਿਆ ਵੀ ਕੈਨੇਡਾ +2 ਤੋਂ ਬਾਅਦ ਹੁਣ ਬੰਦ ਹੋ ਗਿਆ ਹੈ, ਜਾਂ ਕੈਨੇਡਾ ਤੋਂ ਆਫਟਰ +2 ਜਦੋਂ ਸਟੂਡੈਂਟ ਜਾਂਦਾ ਹੈ ਉੱਥੇ ਜਾ ਕੇ ਵਰਕ ਪਰਮਿਟ ਨਹੀਂ ਮਿਲੂਗਾ। ਸੋ ਇੱਦਾਂ ਦੀ ਕੋਈ ਵੀ ਗੱਲ ਨਹੀਂ ਹੈ ਕੈਨੇਡਾ ਨੂੰ ਲੈ ਕੇ, ਕੈਨੇਡਾ ਗੌਰਮੈਂਟ ਨੇ ਸਾਰੀਆਂ ਕਲੈਰਿਟੀ ਆਪਣੀ ਵੈਬਸਾਈਟ 'ਤੇ ਦਿੱਤੀ ਹੋਈ ਹੈ। ਜੋ ਸਭ ਤੋਂ ਪਹਿਲਾਂ ਚੀਜ਼ ਕੀਤੀ ਆ ਉਹਨਾਂ ਨੇ ਬੰਦ, ਵੀ +2 ਪਾਸ ਜਿਹੜੇ ਵੀ ਆਪਣੇ ਡਿਪੈਂਡੈਂਟ ਨੂੰ ਨਾਲ ਲੈ ਕੇ ਜਾਂਦੇ ਸੀ ਉਹ ਹੁਣ ਆਪਣੇ ਡਿਪੈਂਡੈਂਟ ਨੂੰ ਨਹੀਂ ਲੈ ਕੇ ਜਾ ਸਕਦੇ। ਬਟ ਕੁਛ ਕੋਰਸਾਂ ਵਿੱਚ ਅਜੇ ਵੀ ਸਟਿਲ ਜੇ ਤੁਸੀਂ +2 ਕੀਤੀ ਹੈ ਤਾਂ ਤੁਸੀਂ ਜਾ ਸਕਦੇ ਹੋ, ਲਿਜਾ ਸਕਦੇ ਹੋ, ਜਾਂ ਤੁਸੀਂ ਡਿਪਲੋਮੇ ਵਿੱਚ ਜਾਂਦੇ ਹੋ, ਤੁਸੀਂ ਐਡਵਾਂਸ ਡਿਪਲੋਮੇ ਵਿੱਚ ਜਾਂਦੇ ਹੋ, ਜਾਂ ਤੁਸੀਂ PG ਵਿੱਚ ਜਾਂਦੇ ਹੋ ਤਾਂ ਨਹੀਂ ਲੈ ਕੇ ਜਾ ਸਕਦੇ। ਸੋ ਬੈਚਲਰ ਡਿਗਰੀ 6-7 ਬੈਚਲਰ ਡਿਗਰੀਆਂ ਅਜੇ ਵੀ ਹੈ, ਜਿੱਦਾਂ ਕਿ ਬੈਚਲਰ ਆਫ ਨਰਸਿੰਗ, ਬੈਚਲਰ ਆਫ ਫਾਰਮੈਸੀ, ਬੈਚਲਰ ਆਫ ਇੰਜੀਨੀਅਰਿੰਗ। ਸੋ ਇੱਦਾਂ ਦੀਆਂ ਬੈਚਲਰਸ ਨੇ ਜਿਨ੍ਹਾਂ ਵਿੱਚ ਤੁਸੀਂ ਐਡਮਿਸ਼ਨ ਲੈ ਕੇ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਹਾਂ, ਜਾਂ ਉੱਥੇ ਬੈਠੇ ਹੋ ਤਾਂ ਵੀ ਨਾਲ ਇਨਵਾਈਟ ਕਰ ਸਕਦੇ ਹੋ। ਸੋ ਜੇ ਆਪਾਂ ਗੱਲਾਂ ਕਰੀਏ ਵੀ ਆਪਾਂ ਡਿਪਲੋਮੇ 'ਚ ਜਾਣਾ ਚਾਹੁੰਦੇ ਹਾਂ ਤਾਂ ਨਹੀਂ ਲਿਜਾ ਸਕਦੇ। ਸੋ ਇਸ ਗੱਲ ਤੋਂ ਕਲੀਅਰ ਹੋ ਜਾਓ ਵੀ +2 ਕੀਤੀ ਹੈ, ਤੁਸੀਂ ਸਿੰਗਲ ਹੋ, ਤੁਸੀਂ ਜਾ ਸਕਦੇ ਹੋ, ਕੋਈ ਵਰਕ ਪਰਮਿਟ ਨਹੀਂ ਬੰਦ ਹੋਇਆ ਆਫਟਰ ਸਟੱਡੀ।
ਬਹੁਤ ਸਾਰੇ ਕਾਲਜਾਂ ਦੀ ਜੋ PPP ਸੀ ਉਹ ਕੈਂਸਲ ਹੋਈ ਆ। ਇਹਦੇ ਨਾਲ ਇਹ ਨਹੀਂ ਆ ਵੀ ਕੈਨੇਡਾ ਸਟੂਡੈਂਟ ਵੀਜ਼ਾ ਬੰਦ ਹੋ ਗਿਆ ਹੈ। ਸੋ ਦੂਸਰੀ ਇੱਕ ਚੀਜ਼ ਸੀ ਜੋ ਵੀ ਕਹਿੰਦੇ ਆ ਵੀ ਜੋ PPP ਵਿੱਚ ਸਟੂਡੈਂਟ ਜਾਣਗੇ ਉਹਨਾਂ ਨੂੰ ਕਦੋਂ ਤੋਂ ਵਰਕ ਪਰਮਿਟ ਮਿਲਣਾ ਬੰਦ ਹੋ ਜਾਊਗਾ। ਸੋ ਪਹਿਲਾਂ ਜੋ 22 ਜਨਵਰੀ ਨੂੰ ਨਿਊਜ਼ ਸੀ ਉਹਦੇ ਵਿੱਚ ਇੱਕ ਗੱਲ ਉਹਨਾਂ ਨੇ ਕਹੀ ਸੀ ਵੀ ਤੁਸੀਂ 1 ਸਤੰਬਰ ਤੋਂ ਬਾਅਦ ਸਟੱਡੀ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਇਹ ਵਰਕ ਪਰਮਿਟ ਨਹੀਂ ਮਿਲੇਗਾ। ਬਟ ਰੀਸੈਂਟ ਅਪਡੇਟ 19 ਮਾਰਚ ਨੂੰ ਇੱਕ ਹੋਰ ਆਈ, ਉਸ ਵਿੱਚ ਉਹਨਾਂ ਨੇ 15 ਮਈ ਤੋਂ ਕਹਿ ਦਿੱਤਾ ਵੀ 15 ਮਈ ਤੋਂ ਬਾਅਦ 15 ਮਈ ਤੋਂ ਬਾਅਦ ਉੱਥੇ ਕੋਈ ਸਟੱਡੀ ਸਟਾਰਟ ਕਰੇਗਾ ਤਾਂ ਉਹਨਾਂ ਨੂੰ ਉੱਥੇ ਵਰਕ ਪਰਮਿਟ ਦੇ ਰਾਈਟਸ ਨਹੀਂ ਮਿਲਣਗੇ। ਬਟ ਵੀਜ਼ਾ ਜ਼ਰੂਰ ਮਿਲੂਗਾ ਬਟ ਵਰਕ ਪਰਮਿਟ ਦੇ ਰਾਈਟਸ ਨਹੀਂ ਮਿਲਣਗੇ। ਉਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਜੋ ਬਹੁਤ ਸਾਰੇ ਪ੍ਰੋਵਿੰਸਿਸ ਨੇ ਸੀਟਾਂ ਜੋ ਬਹੁਤ ਸਾਰੇ ਕਾਲਜਾਂ ਨੂੰ ਐਲੋਕੇਟ ਕੀਤੀਆਂ ਬਹੁਤ ਘੱਟ ਤਾਦਾਦ ਵਿੱਚ ਕੀਤੀਆਂ ਹੈ, ਫਸਟ ਕਮ ਫਸਟ ਸਰਵਿਸ ਦੇ ਆਧਾਰ 'ਤੇ ਤੁਹਾਡਾ ਹੁਣ ਵੀਜ਼ਾ ਲੱਗੇਗਾ। ਸੋ ਜੋ ਸਟੂਡੈਂਟ ਇਹ ਸੋਚ ਕੇ ਬੈਠੇ ਹਨ ਵੀ ਆਪਾਂ ਸਤੰਬਰ ਇਨਟੇਕ ਵਿੱਚ ਜਾਵਾਂਗੇ ਜਾਂ ਜਨਵਰੀ ਇਨਟੇਕ ਵਿੱਚ ਜਾਵਾਂਗੇ, ਜਿਨ੍ਹਾਂ ਦੀ ਆਇਲਸ ਐਕਸਪਾਇਰ ਹੋਣ ਦੇ ਕਿਨਾਰੇ ਹੈ ਜਾਂ ਫਿਰ ਗੈਪ ਪੈ ਚੁੱਕਿਆ ਹੈ ਪੜ੍ਹਾਈ 'ਚ, ਤੁਸੀਂ ਅਟੈਸਟੇਸ਼ਨ ਲੈਟਰ ਦੀ ਵੇਟ ਕਰਦੇ ਸੀ ਤਾਂ ਅਟੈਸਟੇਸ਼ਨ ਲੈਟਰ ਹੁਣ ਆਉਣੀਆਂ ਸ਼ੁਰੂ ਹੋ ਗਈਆਂ ਹੈ, ਨਾਲ ਹੀ ਵੀਜ਼ੇ ਵੀ ਲੱਗਣੇ ਸ਼ੁਰੂ ਹੋ ਗਏ ਹੈ। ਅੱਜ ਦੀ ਡੇਟ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਵੀ ਏਜੰਟ 1-2 ਏਜੰਟਾਂ ਨੂੰ ਛੱਡ ਕੇ ਕੈਨੇਡਾ ਨੂੰ ਪ੍ਰਮੋਟ ਕਰ ਰਿਹਾ, ਸਾਰੇ ਨੈਗੇਟਿਵ ਹੀ ਨਿਊਜ਼ ਦੇ ਰਹੇ ਨੇ। ਉਹ ਕਿਉਂ? ਕਿਉਂਕਿ ਕਿਸੇ ਕੋਲ ਕਿਸੇ ਵੀ ਬੰਦੇ ਦਾ ਕਿਸੇ ਕਾਲਜ ਨਾਲ ਡਾਇਰੈਕਟ ਟਾਈ ਅਪ ਨਹੀਂ ਹੈ, ਨਾ ਹੀ ਉਹਨਾਂ ਕੋਲ ਅਟੈਸਟੇਸ਼ਨ ਲੈਟਰ ਮਿਲਣੀਆਂ ਸ਼ੁਰੂ ਕੀਤੀਆਂ ਹੈ। ਬਹੁਤ ਸਾਰੇ ਏਜੰਟ ਓਨਟੋਰੀਓ ਦੇ ਕਾਲਜਸ ਭੇਜਦੇ ਹੁੰਦੇ ਸੀ, ਓਨਟੋਰੀਓ ਨੇ ਬਹੁਤ ਘੱਟ ਨੰਬਰ ਅਟੈਸਟੇਸ਼ਨ ਲੈਟਰ ਦਾ ਕਾਲਜਾਂ ਨੂੰ ਦਿੱਤਾ ਹੈ, ਥੋੜ੍ਹੀਆਂ ਥੋੜ੍ਹੀਆਂ ਸੀਟਾਂ ਦਿੱਤੀਆਂ ਹੈ, ਜਿਸ ਨਾਲ ਸਤੰਬਰ ਇਨਟੇਕ ਆਲਮੋਸਟ ਫੁੱਲ ਹੋਣ ਜਾ ਰਿਹਾ ਹੈ। ਤੁਸੀਂ ਪਲੱਸ ਟੂ ਕੀਤੀ ਹੈ ਜਾਂ ਗ੍ਰੈਜੂਏਸ਼ਨ ਕੀਤੀ ਹੈ, ਤੁਸੀਂ ਪੈਸੇ ਉਦੋਂ ਦੇਣੇ ਹੈ ਜਦੋਂ ਤੁਹਾਡਾ ਵੀਜ਼ਾ ਲੱਗ ਗਿਆ। ਇਹ ਨਹੀਂ ਗਾ ਵੀ ਤੁਹਾਡੀ ਅਟੈਸਟੇਸ਼ਨ ਲੈਟਰ ਤੋਂ ਬਾਅਦ ਪੈਸੇ ਲਏ ਜਾਣਗੇ। ਬਿਨਾਂ ਕਿਸੇ ਰਿਸਕ ਦੇ ਓਮ ਗਲੋਬਲ ਤੋਂ ਅਪਲਾਈ ਕਰ ਸਕਦੇ ਹੋ। 6 ਓਵਰਆਲ ਬੈਂਡ ਨੇ, PT 'ਚੋਂ 60 ਸਕੋਰ ਨੇ ਜਾਂ ਟੋਫਲ 'ਚੋਂ 83 ਸਕੋਰ ਨੇ। ਤੁਸੀਂ ਕਿਸੇ ਵੀ ਓਮ ਗਲੋਬਲ ਦੀ ਬ੍ਰਾਂਚ ਵਿੱਚ ਜਾ ਕੇ ਬਿਨਾਂ ਕਿਸੇ ਪੈਸੇ ਦੇ ਦਿੱਤੇ ਤੁਸੀਂ ਅਪਲਾਈ ਕਰ ਸਕਦੇ ਹੋ, ਤੁਹਾਡਾ ਵੀਜ਼ਾ ਲੱਗੇਗਾ ਤਾਂ ਤੁਹਾਡੇ ਤੋਂ ਪੈਸੇ ਲਏ ਜਾਣਗੇ। ਲੋਕ ਇਹ ਕਹਿੰਦੇ ਵੀ ਅਟੈਸਟੇਸ਼ਨ ਲੈਟਰ ਆਉਣੀਆਂ ਨਹੀਂ ਸ਼ੁਰੂ ਹੋਈਆਂ। ਕਿਸੇ ਨੂੰ ਵੀ ਏਜੰਟ ਨੂੰ ਤੁਸੀਂ ਫੋਨ ਕਰਦੇ ਹੋ, ਬਹੁਤ ਸਾਰੇ ਸਟੂਡੈਂਟ ਨੇ ਫੀਸਾਂ ਭਰੀਆਂ ਹੋਈਆਂ ਹੈ, LOA ਆ ਚੁੱਕੀਆਂ, ਬਟ ਅਟੈਸਟੇਸ਼ਨ ਲੈਟਰ ਬਿਨਾਂ ਫਾਈਲ ਨਹੀਂ ਲੱਗਣੀ। ਸੋ ਉਹ ਅਟੈਸਟੇਸ਼ਨ ਲੈਟਰ ਬਹੁਤ ਸਾਰੇ ਏਜੰਟਾਂ ਨੇ ਅਜੇ ਤੱਕ ਕਿਸੇ ਨੇ ਦਿਖਾਈ ਤੱਕ ਨਹੀਂ, ਅਤੇ ਓਮ ਗਲੋਬਲ ਨੇ ਇੱਕ ਵੀਜ਼ਾ ਦਿਖਾ ਦਿੱਤਾ ਅਟੈਸਟੇਸ਼ਨ ਲੈਟਰ ਦੇ ਨਾਲ। ਤੁਸੀਂ ਕਿਸੇ ਵੀ ਆਫਿਸ 'ਚ ਜਾਓਗੇ ਵੀਜ਼ਾ ਦੇਖ ਸਕਦੇ ਹੋ, ਫਾਈਲ ਦੀ GCQ ਵੀ ਚੈੱਕ ਕਰ ਸਕਦੇ ਹੋ। ਸੋ ਅਟੈਸਟੇਸ਼ਨ ਲੈਟਰਾਂ ਨਾਲ ਵੀਜ਼ੇ ਆਉਣੇ ਸ਼ੁਰੂ ਹੋ ਗਏ ਨੇ, ਘਬਰਾਉਣ ਦੀ ਲੋੜ ਨਹੀਂ ਹੈ। ਬਹੁਤ ਸਾਰੇ ਏਜੰਟ ਮੈਂ ਦੇਖੇ ਆ ਵੀ ਗੱਲਾਂ ਦਾ ਕੜਾ ਜ਼ਰੂਰ ਬਣਾ ਰਹੇ ਨੇ ਪਰ ਕੰਮ ਕੋਈ ਨਹੀਂ ਕਰ ਰਿਹਾ। ਕੋਈ ਇੱਦਾਂ ਦੀ ਨਿਊਜ਼ ਦੇ ਰਿਹਾ, ਕੋਈ ਇੱਦਾਂ ਦੀ ਨਿਊਜ਼ ਦੇ ਰਿਹਾ, ਕੈਨੇਡਾ ਬੰਦ ਹੋ ਗਿਆ, ਕੈਨੇਡਾ ਹੁਣ ਜਾਇਆ ਨਹੀਂ ਜਾਣਾ। ਸੋ ਕੈਨੇਡਾ ਬੰਦ ਕਿਤੇ ਨਹੀਂ ਹੋਇਆ, ਪਰ ਥੋੜ੍ਹਾ ਜਿਹਾ ਔਖਾ ਹੋ ਗਿਆ ਹੈ ਉਹਨਾਂ ਏਜੰਟਾਂ ਲਈ ਜਿਨ੍ਹਾਂ ਨੂੰ ਇਹ ਲੱਗਦਾ ਸੀ ਵੀ ਕੈਨੇਡਾ ਭੇਜਣਾ, 2 ਕਾਗਜ਼ ਹੀ ਫਿੱਲ ਕਰਨੇ ਸੀਗੇ, ਫੋਰਮ ਫਿੱਲ ਕਰਨੇ ਸੀ, GIC ਭਰੀ ਅਤੇ ਵੀਜ਼ਾ ਅਪਲਾਈ ਕੀਤਾ ਜਾਂਦਾ ਹੈ। ਬਟ ਨਵੇਂ ਏਜੰਟਾਂ ਵੱਲ
ਜਾਓਗੇ ਤਾਂ ਇੱਦਾਂ ਦੀਆਂ ਖਬਰਾਂ ਮਿਲਣਗੀਆਂ ਵੀ ਕੈਨੇਡਾ ਬੰਦ ਹੋ ਗਿਆ ਹੈ ਜਾਂ ਜੋ ਕੈਨੇਡਾ ਨੂੰ ਪ੍ਰਮੋਟ ਹੀ ਨਹੀਂ ਕਰਦੇ। ਸੋ ਕੈਨੇਡਾ ਕਿਤੇ ਵੀ ਨਹੀਂ ਬੰਦ ਹੋਇਆ। ਮਾਪਿਆਂ ਨੂੰ ਬੇਨਤੀ ਹੈ ਤੁਸੀਂ ਇੱਦਾਂ ਦੇ ਏਜੰਟਾਂ ਕੋਲ ਜਾਓ ਜੋ ਤੁਹਾਨੂੰ ਰਿਐਲਿਟੀ ਦੱਸਣ, ਸੱਚ ਦੱਸਣ। ਕਿਤੇ ਉੱਥੇ ਕੰਮ ਦੀ ਕਮੀ ਨਹੀਂ ਹੈ, ਕੰਮ ਦੀ ਜ਼ਰੂਰ ਕਮੀ ਹੈ। ਉਹ ਹੈ ਜਿਹੜੇ ਸਟੂਡੈਂਟ ਜਾਂਦੇ ਆ ਸ਼ਾਇਦ ਸਕਿੱਲਸ ਦੀ ਉਹਨਾਂ ਕੋਲ ਨੌਲੇਜ ਨਹੀਂ ਹੁੰਦੀ, ਸਕਿੱਲਸ ਘੱਟ ਹੁੰਦਾ। ਸੋ ਉਹਨਾਂ ਸਟੂਡੈਂਟ ਨੂੰ ਕੰਮ ਬਹੁਤ ਜਲਦੀ ਨਹੀਂ ਮਿਲਦਾ, ਬਟ ਕਿਤੇ ਨਾ ਕਿਤੇ ਮਿਲ ਜਾਂਦਾ ਹੈ। ਸੋ ਕੈਨੇਡਾ ਦੀ ਗੌਰਮੈਂਟ ਵੀ ਐਡੀ ਕਮਲੀ ਨਹੀਂ ਵੀ ਇੱਥੇ ਕੰਮ ਨਹੀਂ ਹੈਗਾ ਅਤੇ ਸਾਨੂੰ ਅਸੀਂ ਬੰਦੇ ਬੁਲਾਈ ਜਾਵਾਂਗੇ। ਸੋ ਕੰਮ ਹੈ ਬਟ ਸਕਿੱਲਸ ਵਾਲੇ ਬੰਦੇ ਨੂੰ ਜ਼ਰੂਰ ਕੰਮ ਮਿਲੇਗਾ। ਸੋ ਅਗਰ ਤੁਸੀਂ ਕੈਨੇਡਾ ਵਿੱਚ ਜਾਣਾ ਚਾਹੁੰਦੇ ਹੋ ਬਿਨਾਂ ਕਿਸੇ ਪੈਸੇ ਦਿੱਤੇ, ਐਡਵਾਂਸ ਵੀਜ਼ਾ ਲੱਗਣ ਤੋਂ ਬਾਅਦ ਸਾਰੇ ਪੈਸੇ ਦੇਣਾ ਚਾਹੁੰਦੇ ਹੋ, ਤਾਂ ਤੁਸੀਂ ਓਮ ਗਲੋਬਲ ਦੇ ਕਿਸੇ ਵੀ ਆਫਿਸ 'ਚ ਜਾ ਕੇ 15 ਦਿਨ ਵਿੱਚ ਫਾਈਲ ਤੁਹਾਡੀ ਅੰਬੈਸੀ ਵਿੱਚ ਦਰਜ ਕੀਤੀ ਜਾਵੇਗੀ। ਸੋ ਬਿਨਾਂ ਕਿਸੇ ਪੈਸੇ ਲਿੱਤੇ ਬਿਨਾਂ। ਸੋ ਇੱਕ ਕਮੈਂਟ ਆਇਆ, ਸਪਾਊਸਲ ਓਪਨ ਵਰਕ ਪਰਮਿਟ ਬਾਰੇ ਦੱਸੋ। ਹਾਂਜੀ ਅਮਨ ਜੀ, ਕੀ ਪੁੱਛਣਾ ਚਾਹੁੰਦੇ ਹੋ ਸਪਾਊਸਲ ਓਪਨ ਵਰਕ ਪਰਮਿਟ ਬਾਰੇ? ਵੀਰੇ ਤੁਸੀਂ ਸਪਾਊਸਲ ਓਪਨ ਵਰਕ ਪਰਮਿਟ ਦਾ ਤੁਸੀਂ ਕੀ ਪੁੱਛਣਾ ਚਾਹੁੰਦੇ ਹਾਂ ਅਤੇ ਸਵਾਲ? ਹਾਂਜੀ, ਸਪਾਊਸਲ ਓਪਨ ਵਰਕ ਪਰਮਿਟ ਦੀ ਇੱਕ ਨਿਊਜ਼ ਜਿਹੜੀ ਹੈ, 19 ਮਾਰਚ ਤੋਂ ਪਹਿਲਾਂ ਜਿਨ੍ਹਾਂ ਦੀ ਫਾਈਲ ਲੱਗੀ ਹੈ ਹਾਈ ਕਮਿਸ਼ਨ 'ਚ, ਚਾਹੇ ਉਹ ਪਲੱਸ ਟੂ ਬੇਸ 'ਤੇ ਲੱਗੀ ਹੈ, ਚਾਹੇ ਗ੍ਰੈਜੂਏਸ਼ਨ ਬੇਸ 'ਤੇ ਲੱਗੀ ਆ, ਜਾਂ ਤੁਹਾਡਾ ਸਪਾਊਸ ਉੱਥੇ ਡਿਪਲੋਮੇ 'ਚ ਪੜ੍ਹ ਰਿਹਾ ਜਾਂ ਮਾਸਟਰ 'ਚ ਪੜ੍ਹ ਰਿਹਾ ਜਾਂ ਐਡਵਾਂਸ ਡਿਪਲੋਮੇ ਜਾਂ ਪੀ ਜੀ ਕਿਸੇ ਵੀ ਕੋਰਸ 'ਚ ਪੜ੍ਹ ਰਿਹਾ, ਤੁਹਾਨੂੰ ਕੋਈ ਪ੍ਰੋਬਲਮ ਆਉਣ ਦੀ ਇਹ ਨਹੀਂ ਆ ਸਕਦੀ। ਬਟ ਹਾਂ, ਮੈਰਿਜ ਜੈਨੂਨ ਹੋਣੀ ਚਾਹੀਦੀ ਹੈ, ਜੋ ਉਹਨਾਂ ਦੀਆਂ ਸ਼ਰਤਾਂ ਉਹ ਪੂਰੀਆਂ ਕਰਦੇ ਹੋ। ਬਟ ਜੋ ਫਾਈਲ ਹੈ 19 ਮਾਰਚ ਤੋਂ ਪਹਿਲਾਂ ਲੱਗੀ ਹੈ ਤਾਂ ਕੋਈ ਪ੍ਰੋਬਲਮ ਨਹੀਂ, ਜੇ 19 ਮਾਰਚ ਤੋਂ ਬਾਅਦ ਲੱਗਣੀ ਸੀ ਤਾਂ ਪ੍ਰੋਬਲਮ ਆ ਸਕਦੀ ਹੈ। ਅਗਰ ਤੁਹਾਡਾ ਡਿਪੈਂਡੈਂਟ ਉੱਥੇ ਪਰਟੀਕੁਲਰ ਕੋਰਸਾਂ ਵਿੱਚ ਨਹੀਂ ਪੜ੍ਹਦਾ ਜਾਂ ਉੱਥੇ ਵਰਕ ਪਰਮਿਟ 'ਤੇ ਨਹੀਂ ਹੈ, ਜਿਨ੍ਹਾਂ ਦੇ ਸਪਾਊਸਲ ਓਪਨ ਵਰਕ ਪਰਮਿਟ ਉਹਨਾਂ ਦੇ ਮੇਨ ਐਪਲੀਕੈਂਟ ਉਸ ਉੱਥੇ ਵਰਕ ਪਰਮਿਟ 'ਚ ਹੈ, ਉਹਨਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੈ। ਚਾਹੇ 19 ਮਾਰਚ ਤੋਂ ਬਾਅਦ ਫਾਈਲ ਲੱਗੇ, ਚਾਹੇ ਅਮਰ ਜੀ ਕਹਿੰਦੇ ਨੇ, ਵੀਰ ਜੀ ਮੇਰੇ ਕੋਲ ਵਿਜ਼ਟਰ ਵੀਜ਼ਾ ਹੈਗਾ ਵਾ ਉੱਥੇ। ਹਾਂਜੀ ਅਮਰ ਜੀ, ਜੋ ਵੀ ਤੁਹਾਡਾ ਵੀਜ਼ਾ ਲੱਗਾ ਹੈ ਪਹਿਲਾਂ ਤਾਂ ਤੁਹਾਡੇ ਫੋਰਮ ਚੈੱਕ ਕੀਤੇ ਜਾਣਗੇ ਵੀ ਤੁਹਾਡੇ ਫੋਰਮ 'ਚ ਕੀ ਫਿਲ ਕੀਤਾ, ਵੀ ਤੁਸੀਂ ਇੰਡੀਆ ਵਿੱਚ ਕੀ ਕਰਦੇ ਸੀ, ਤੁਹਾਡੀ ਕੀ ਪ੍ਰੋਫਾਈਲ ਹੈ। ਉਸ ਦੇ ਬਿਹਾਫ 'ਤੇ ਤੁਸੀਂ ਆਪਣਾ ਵੀਜ਼ਾ ਕਨਵਰਟ ਕਰਵਾ ਸਕਦੇ ਹੋ, ਜ਼ਰੂਰ ਕਰਵਾ ਸਕਦੇ ਹੋ। ਤੁਸੀਂ LMI ਵਿੱਚ ਵੀ ਕਰਵਾ ਸਕਦੇ ਹੋ, ਤੁਸੀਂ ਸਟੂਡੈਂਟ ਵੀਜ਼ਾ ਵਿੱਚ ਵੀ ਕਰਵਾ ਸਕਦੇ ਹੋ। ਸੋ ਤੁਸੀਂ ਚਾਹੇ ਸਟੂਡੈਂਟ ਵੀਜ਼ਾ ਵਿੱਚ ਕਨਵਰਟ ਕਰਵਾਓ, ਚਾਹੇ ਤੁਸੀਂ LMI ਯਾਨੀ ਕਿ ਵਰਕ ਵੀਜ਼ੇ ਵਿੱਚ ਕਨਵਰਟ ਕਰਵਾਓ। ਸੋ ਇੱਕ ਵਾਰ ਫਿਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਜੋ ਹੁਣੇ ਹੁਣੇ ਸਟੂਡੈਂਟ ਸਾਡੇ ਨਾਲ ਜੁੜੇ ਨੇ, ਇਹ ਪਹਿਲਾ ਵੀਜ਼ਾ ਆ ਗਿਆ ਹੈ ਵਿਦ ਅਟੈਸਟੇਸ਼ਨ ਲੈਟਰ ਦੇ ਨਾਲ। ਸੋ ਜਿਹੜੇ ਸਟੂਡੈਂਟ ਸੋਚਦੇ ਸੀ ਅਟੈਸਟੇਸ਼ਨ ਲੈਟਰ ਨਹੀਂ ਆਉਣੀਗੀ ਜਾਂ ਇੱਦਾਂ ਦੀਆਂ ਚੀਜ਼ਾਂ ਨਹੀਂ ਆਉਣੀਆਂ, ਤਾਂ ਅਟੈਸਟੇਸ਼ਨ ਲੈਟਰ ਵੀ ਆਉਣੀਆਂ ਸ਼ੁਰੂ ਹੈ, ਪਲੱਸ ਵੀਜ਼ੇ ਵੀ ਲੱਗਣੇ ਸ਼ੁਰੂ ਹੈ। 30 ਹੈ। ਰੋਹਿਤ ਰਾਣਾ ਜੀ ਕਹਿੰਦੇ ਨੇ, ਆਈ ਕੈਨ ਅਪਲਾਈ ਆਸਟ੍ਰੇਲੀਆ ਆਫਟਰ ਰਿਫਿਊਜ਼ਲ। ਆਸਟ੍ਰੇਲੀਆ ਤੋਂ ਰਿਫਿਊਜ਼ ਹੋ
ਤਾਂ COE ਮਿਲਣੀ ਬੜੀ ਔਖੀ ਆ ਜੇ ਤੁਹਾਡੀ ਫਾਈਲ ਪ੍ਰੋਫਾਈਲ 'ਚ ਚੇਂਜਸ ਨਹੀਂ ਹੈ, ਜਾਂ ਤਾਂ ਤੁਹਾਡੀ ਆਇਲਸ 'ਚ ਚੇਂਜਸ ਹੋਵੇ, ਜਾਂ ਫਿਰ ਯਾਨੀ ਕਿ ਤੁਸੀਂ ਪਲੱਸ ਟੂ ਬੇਸ 'ਤੇ ਰਿਫਿਊਜ਼ ਸੀ, ਤੁਸੀਂ ਡਿਗਰੀ ਕਰ ਲਈ ਹੈ, ਤਾਂ ਤੁਹਾਡੇ ਚਾਂਸਿਸ ਹੈਗੇ ਆ। ਸੋ ਜੋ ਕੈਨੇਡਾ ਨੂੰ ਲੈ ਕੇ ਬਹੁਤ ਰਿਊਮਰਸ ਆ ਰਹੇ ਨੇ, ਤੁਸੀਂ ਉਹਨਾਂ ਰਿਊਮਰਸ 'ਤੇ ਨਾ ਵਿਸ਼ਵਾਸ ਕਰੋ। ਕੈਨੇਡਾ ਦਾ ਸਟੂਡੈਂਟ ਵੀਜ਼ਾ ਅਜੇ ਵੀ ਲੱਗ ਰਿਹਾ ਹੈ, ਤੁਸੀਂ ਸਾਰੇ ਪੈਸੇ ਵੀਜ਼ਾ ਤੋਂ ਬਾਅਦ ਦੇਣੇ ਹੈ, ਤਾਂ ਇਸ ਦਾ ਮਤਲਬ ਹੈ ਜੇ ਤੁਹਾਡਾ ਵੀਜ਼ਾ ਲੱਗੇਗਾ ਤਾਂ ਹੀ ਤੁਸੀਂ ਸਾਨੂੰ ਪੈਸੇ ਦੇਣੇ ਨੇ। ਸੋ ਓਮ ਗਲੋਬਲ ਦੇ ਕਿਸੇ ਵੀ ਆਫਿਸ 'ਚ ਜਾ ਕੇ ਵੀਜ਼ਾ ਅਪਲਾਈ ਕਰ ਸਕਦੇ ਹੋ। ਬਸ ਸ਼ਰਤਾਂ ਇਹ ਹੈ ਵੀ ਤੁਹਾਡੇ ਕੋਲ ਆਇਲਸ ਵਿੱਚੋਂ 6 ਬੈਂਡ ਪਲੱਸ ਤੁਹਾਡੇ ਕੋਲ 1 ਸਾਲ ਦੀ GIC ਹੋਣੀ ਚਾਹੀਦੀ ਹੈ, ਅਤੇ ਤੁਹਾਡਾ ਮੈਡੀਕਲ ਤੁਹਾਡਾ ਹੋਣਾ ਚਾਹੀਦਾ ਹੈ। 10 ਵਿੱਚ ਸਬਮਿਟ ਕੀਤੀ ਜਾਵੇਗੀ GCK ਦੇ ਨਾਲ, ਤੁਹਾਨੂੰ ਅਟੈਸਟੇਸ਼ਨ ਲੈਟਰ ਵੀ ਵਿਦਇਨ 2 ਜਾਂ 3 ਦਿਨ ਵਿੱਚ ਮਿਲ ਜਾਵੇਗੀ। ਸੋ ਧੰਨਵਾਦ।